ਅਮਲ ਹੋਏਗਾ, ਸਮੁੱਚਾ ਸਮਾਜ ਪੂਰਾ ਸੰਸਾਰ ਅੱਜ ਇਸ ਮੋਰਚੇ ਤੇ ਆ ਚੁੱਕਾ। ਬਾਬਾ ਨਿਰਮਲ ਦਾਸ ਜੀ ਦੀ ਅਗਵਾਈ ਦੇ ਵਿੱਚ ਪੂਰੀ ਸਾਧੂ ਸੰਪਰਦਾ ਸੁਸਾਇਟੀ, ਸ੍ਰੀ ਗੁਰੂ ਅਰਦਾਸ ਮਿਸ਼ਨ, ਜਿੰਨੀਆਂ ਮੈਡੀਕਲ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ, ਜਿੰਨੀਆਂ ਸ਼੍ਰੋਮਣੀ ਚਨੈਲ ਸ਼ੀਲ ਬਾਬਾ ਜੀਵਨ ਸਿੰਘ ਜੀ ਦੀਆਂ ਸਭਾਵਾਂ, ਸਾਰੀਆਂ ਸਭਾਵਾਂ ਅੱਜ ਇਸ ਉਰੇ ਤੁਹਾਡੇ ਆਉਣ ਤੇ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ। ਲੋਹ ਲੰਗਰ ਇੱਧਰ ਵੀ ਤਿਆਰ ਆ, ਉੱਧਰ ਵੀ ਤਿਆਰ ਆ, ਜੋ ਬਾਬਾ ਜੀ ਦਾ ਆਦੇਸ਼ ਹੈ, ਜਿੱਥੇ ਸੰਗਤਾਂ ਦਾ ਦਿਲ ਕਰੇ ਛਕਣ। ਔਰ ਇੱਥੇ ਬਾਬਾ ਜੀ ਤੁਹਾਨੂੰ ਹੱਥ ਮੰਨ ਕੇ ਸਾਡੀ ਬੇਨਤੀ ਹੈ, ਜਾਂਦੇ ਹੋਏ ਇੱਥੋਂ ਚਾਹ ਛੱਕ ਕੇ ਫਿਰ ਆਪਾਂ ਤੋਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਇੰਦਰ ਸਾਹਿਬ ਜੀ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ। ਸਭੀ ਕੋ ਜੈ ਭੀਮ ਜੈ ਗੁਰੂਦੇਵ। ਆਜ ਕੇ ਸ਼ੁਭ ਅਵਸਰ ਪਰ ਮੈਂ ਸਭੀ ਸੰਗਤ ਕਾ ਬਾਪੋ ਸੰਤੋ ਔਰ ਮਹਾਂਪੁਰਸ਼ਾਂ ਕਾ ਯਹਾਂ ਸਵਾਗਤ ਕਰਤਾ ਹੂੰ, ਔਰ ਸਭੀ ਸੰਗਤ ਕਾ, ਸਭ ਜਿਤਨੀ ਵੀ ਸੰਗਤ ਯਹਾਂ ਪਧਾਰੀ ਹੈ, ਉਨਕਾ ਸਹਿ ਤਹਿ ਦਿਲ ਸੇ ਸਵਾਗਤ ਹੈ। ਆਜ ਹਮਾਰੇ ਬੀਚ ਮੇਂ ਬਾਬਾ ਸਾਹਿਬ ਕੇ ਪੋਤਰੇ ਭੀਮ ਰਾਮ ਤੇ ਸੁਰਿੰਦਰ ਰਾਮ ਜੀ ਵੀ ਇਸ ਸੰਗਤ ਮੇਂ ਸ਼ਾਮਿਲ ਹੋਏ ਹੈ, ਔਰ ਹਮ ਆਸਾ ਰੱਖਤੇ ਹੈ ਕਿ ਉਨਕੇ ਆਨੇ ਸੇ ਇਸ ਸੰਗਤ ਕਾ ਮਾਨ ਸਨਮਾਨ ਬੜਾ ਹੈ, ਔਰ ਹਮਾਰੇ ਬੀਚ ਮੇਂ ਆਨੇ ਸੇ ਹਮ ਉਨਕਾ ਧੰਨਵਾਦ ਕਰਤੇ ਹੈ, ਆਸਾ ਰੱਖਤੇ ਹੈ ਕਿ ਉਹ ਪੰਜਾਬ ਮੇਂ ਹਮਾਰੇ ਉੱਪਰ ਐਸੀ ਦਇਆ ਦ੍ਰਿਸ਼ਟੀ ਰੱਖੇਂਗੇ। ਬਾਕੀ ਇਹ ਸਨ ਐਡਵੋਕੇਟ ਓ ਪੀ ਇੰਦਲ ਸਾਹਿਬ। ਹੁਣ ਮੈਂ ਬੇਨਤੀ ਕਰਾਂਗਾ, ਜਿਹੜੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਆ, ਸਾਡੇ ਜਿਹੜੇ ਭਰਾ, ਉਹ ਭਰਾ ਜਿਨ੍ਹਾਂ ਨੇ ਕੋਰੋਨਾ ਦੇ ਵਿੱਚ, ਜਿਨ੍ਹਾਂ ਨੇ ਮੂੰਹ ਜਦੋਂ ਸਾਨੂੰ ਸਾਹ ਲੈਣਾ ਵੀ ਬੰਦ ਕਰਤਾ ਸੀਗਾ ਕਿ ਤੁਸੀਂ ਬਾਹਰ ਸਾਹ ਨਹੀਂ ਲੈ ਸਕਦੇ, ਥੁੱਕ ਨਹੀਂ ਸਕਦੇ, ਉਹ ਸਾਥੀਆਂ ਨੇ ਜਿਹੜੇ ਨੰਗੇ ਤੁਹਾਡੀ ਲੜਾਈ ਲੜੀ ਆ, ਉਹਨਾਂ ਦੇ ਹੱਕ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ। ਪ੍ਰਵੀਨ ਟਾਂਗ ਜੀ ਉਹਨਾਂ ਦੀ ਲੜਾਈ ਲੜ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਟਾਈਮ ਨੂੰ ਪਾਬੰਦ ਹੁੰਦੇ ਹੋਏ ਸਿਰਫ 1-2 ਮਿੰਟ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ। ਪ੍ਰਵੀਨ ਟਾਂਗ ਜੀ। ਜੈ ਗੁਰਦੇਵ। ਧੰਨ ਗੁਰਦੇਵ। ਸਾਰੇ ਹੀ ਖੜੇ ਰਹੋ। ਸੰਤ ਮਹਾਂਪੁਰਸ਼ ਜਿਵੇਂ ਬਾਣੀ 'ਚ ਲਿਖਿਆ ਹੈ, ਸੰਤ ਨਾ ਹੋ ਤੇ ਜਗਤ ਮੇਂ ਤੋ ਜਲ ਉੱਠਤਾ ਸੰਸਾਰ। ਸਤਿਗੁਰੂ ਰਵਿਦਾਸ ਮਹਾਰਾਜ ਦੀ ਉਹ ਬਾਣੀ ਦਾ ਪ੍ਰਕਾਸ਼ ਕਰਦੇ ਹੋਏ ਅੱਜ ਜਿਹੜੀ ਦਮੜੀ ਯਾਤਰਾ ਮੋਹਾਲੀ ਪਹੁੰਚੀ ਹੈ, ਮੈਂ ਸਾਰੇ ਹੀ ਵਾਲਮੀਕੀ ਸਮਾਜ ਵੱਲੋਂ, ਜਿੰਨੀ ਸਾਡੀ ਮੋਹਾਲੀ ਯੂਨੀਵਰਸਿਟੀ ਦੀ ਸਭਾਵਾਂ ਬਣਿਓ, ਸੰਤਾਂ ਮਹਾਂਪੁਰਸ਼ਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹਨਾਂ ਨੇ ਧਰਤੀ ਪਵਿੱਤਰ ਕਰੀ ਹੈ ਔਰ ਮੋਹਾਲੀ 'ਤੇ ਹਾਜ਼ਰੀ ਲਵਾਈ ਹੈ। ਔਰ ਇਹ ਮੋਰਚਾ ਜਿਹੜਾ ਸਾਡਾ ਅੱਜ 105 ਦਿਨ ਪੂਰੇ ਹੋ ਗਏ ਹੈ, ਬੜਾ ਸ਼ੁਭ ਦਿਨ ਹੈ, ਬੜਾ ਸ਼ੁਭ ਅੰਕ ਹੈ 105। ਔਰ ਮੈਂ ਸਾਰੀ ਹੀ ਜਿੰਨੀ ਸੰਗਤ ਬਾ ਪੰਜਾਬ 'ਚੋਂ ਜਿੰਨੇ ਵੀ ਲੋਕ ਆਏ ਨੇ, ਬਾਹਰੋਂ ਲੋਕ ਆਏ ਨੇ, ਖਾਸ ਕਰਕੇ ਬਾਬਾ ਸਾਹਿਬ ਦਾ ਜਿਹੜਾ ਪੋਤਰਾ ਸਾਹਿਬ ਜਸਵੰਤ ਰਾਓ ਜੀ ਅੰਬੇਡਕਰ ਜੀ, ਜਿਨ੍ਹਾਂ ਨੇ ਸਾਡੀ ਧਰਤੀ 'ਤੇ ਪੈਰ ਪਾਏ ਨੇ, ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਸਾਨੂੰ ਅਧਿਕਾਰ, ਅੱਜ ਮੈਕ ਲਾ ਕੇ ਬੋਲਣ ਦਾ ਦਿੱਤਾ, ਸਾਨੂੰ ਇਕੱਠ ਕਰਨ ਦਾ ਅਧਿਕਾਰ ਦਿੱਤਾ, ਉਹ ਅਧਿਕਾਰ ਨੂੰ ਅੱਗੇ ਬੜਾਉਂਦੇ ਹੋਏ ਆਪਣੀ ਹਾਜ਼ਰੀ ਲਵਾ ਕੇ ਸਾਰੇ ਵਾਲਮੀਕੀ ਸਮਾਜ ਨੂੰ, ਸੰਤਾਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਔਰ ਜੀ ਆਇਆ ਅਟਦਾ। ਜੈ ਗੁਰਦੇਵ। ਧੰਨ ਗੁਰਦੇਵ। ਜੈ ਵਾਲਮੀਕੀ। ਹਰ ਹਰ ਵਾਲਮੀਕੀ। ਇਹ ਸਨ ਪ੍ਰਵੀਨ ਟਾਂਗ ਜੀ। ਹੁਣ ਮੈਂ ਬੇਨਤੀ ਕਰਾਂਗਾ ਸਿਰਫ 2 ਮਿੰਟ ਦੇ ਲਈ ਪਰਵਿੰਦਰ ਸਿੰਘ ਕੁੰਬੜਾ ਜੀ।
ਜਿਹੜੇ ਇਸ ਮੋਰਚੇ ਦੇ ਵਿੱਚ ਵੀ ਦਿਨ ਰਾਤ ਆਪਣੀ ਹਰ ਇੱਕ ਪੱਖ ਤੋਂ ਤਨ ਮਨ ਧਨ ਦੇ ਨਾਲ ਇਸ ਮੋਰਚੇ ਨੂੰ ਸੁਚਾਰੂ ਰੂਪ ਚਲਾ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਹਰ ਇੱਕ ਪੱਖ ਤੋਂ ਲੜਾਈ ਲੜ ਰਹੇ ਨੇ। ਬਲਵਿੰਦਰ ਸਿੰਘ ਕੁੱਬੜਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਾਧੂ ਸਮਾਜ ਨੂੰ, ਸੰਤ ਸਮਾਜ ਨੂੰ ਤੇ ਆਈਆਂ ਸੰਗਤਾਂ ਦਾ ਇੱਕ ਇੱਕ ਕਦਮ ਚੱਲਿਆ ਸਾਡੇ ਸਿਰ ਮੱਥੇ ਤੇ ਸਾਰੀ ਜਿਹੜੀ ਸ਼ੋਭਾ ਯਾਤਰਾ 'ਚ ਆਪਣਾ ਤੁਸੀਂ ਯੋਗਦਾਨ ਬਹੁਤ ਬੜਮੁੱਲਾ ਯੋਗਦਾਨ ਪਾਇਆ ਤੇ ਸਾਰਾ ਸੰਗਤਾਂ ਦਾ ਇੱਥੇ ਆਉਣ ਦੇ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਇਹ ਸਨ ਬਲਵਿੰਦਰ ਸਿੰਘ ਜੀ ਕੁੱਬੜਾ ਸਾਹਿਬ। ਹੁਣ ਮੈਂ ਬੇਨਤੀ ਕਰਾਂਗਾ ਕਿ ਜੋ ਸਾਧੂ ਸੰਪਰਦਾ ਉਹਨਾਂ ਦੇ ਵਿੱਚ ਅਗਵਾਈ ਕਰ ਰਹੇ ਨੇ ਸਾਡੀ ਭੈਣ ਸੰਤੋਸ਼ ਕੁਮਾਰੀ ਜੀ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 2 ਮਿੰਟ ਦੇ ਲਈ ਆਪਣੇ ਜਿਹੜੇ ਵਿਚਾਰ ਪੇਸ਼ ਕਰਨਗੇ। ਬੀਬੀ ਸੰਤੋਸ਼ ਕੁਮਾਰੀ ਜੀ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਅੱਜ ਬਹੁਤ ਹੀ ਸੁੰਦਰ ਜੋ ਪੰਡਾਲ ਹੈ ਜਿੱਥੇ ਸਾਡੇ ਬਹੁਤ ਹੀ ਸਮਾਜ ਸੇਵਕ, ਸੋਸ਼ਲ ਵਰਕਰ, ਕੁਛ ਰਾਜਨੀਤਿਕ ਆਗੂ ਜੋ ਐਸੀ ਰੈਜ਼ਰਵੇਸ਼ਨ ਤੌਰ 'ਤੇ ਜੋ ਮੋਰਚਾ ਲਗਾ ਕੇ ਬੈਠੇ ਹਨ ਔਰ ਉਹਨਾਂ ਦੀ ਅਸ਼ੀਰਵਾਦ ਦੇਣ ਵਾਸਤੇ, ਉਹਨਾਂ ਨੂੰ ਉਹਨਾਂ ਦੇ ਹਾਲ ਚਾਲ ਪੁੱਛਣ ਵਾਸਤੇ ਗੁਰੂ ਗ੍ਰੰਥ ਸਾਹਿਬ ਸਭਾ ਸੋਸਾਇਟੀ ਡਿਸਟ੍ਰਿਕਟ ਪੰਜਾਬ ਦੇ ਸਾਰੇ ਹੀ ਮਹਾਂਪੁਰਸ਼ ਪਹੁੰਚੇ ਹਨ ਔਰ ਉੱਥੇ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਮ ਅੰਬੇਦਕਰ ਜੀ ਦੇ ਪੋਤਰਾ ਜੀ ਡਾਕਟਰ ਭੀਮ ਰਾਮ ਅੰਬੇਦਕਰ, ਜਸਵੰਤ ਰਾਮ ਅੰਬੇਦਕਰ ਜੀ ਉਚੇਚੇ ਤੌਰ 'ਤੇ ਮਹਾਰਾਸ਼ਟਰ ਸੇ ਪਹੁੰਚੇ ਹਨ ਔਰ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰ ਜੋ ਓਪਿੰਦਰ ਜੀ ਹਾਈ ਕੋਰਟ ਦੇ ਜੱਜ, ਉਹ ਵੀ ਇੱਥੇ ਪਹੁੰਚੇ ਹਨ, ਸਾਥੀਆਂ ਸਮੇਤ ਔਰ ਬਹੁਜਨ ਚੈਨਲ ਤੋਂ ਜਿਤਨੇ ਵੀ ਪਹੁੰਚੇ ਹਨ ਸਾਥੀ ਔਰ ਸਾਰੇ ਇੱਥੇ ਪਹੁੰਚਣ 'ਤੇ ਇਹਨਾਂ ਮਹਾਂਪੁਰਸ਼ਾਂ ਦਾ ਜੋ ਆਸ਼ੀਰਵਾਦ ਹੈ, ਸਭ ਦਾ ਆਸ਼ੀਰਵਾਦ ਹੈ। ਅਸੀਂ ਚਾਹਾਂਗੇ ਕਿ ਜੋ ਵੀ ਸਾਡੇ ਵੀਰ ਭਰਾ, ਬਜ਼ੁਰਗ ਭੈਣਾਂ ਇੱਥੇ ਬੈਠੇ ਹਨ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ, ਇਹ ਲੜਾਈ ਬਹੁਤ ਜਲਦੀ ਜਿੱਤੀ ਜਾਏਗੀ। ਅਗਰ ਭਗਵੰਤ ਸਿੰਘ ਮਾਨ ਦੇ ਪਾਸ ਸੰਤਾਂ ਨੂੰ ਵੀ ਜਾਣਾ ਪਿਆ, ਸਾਨੂੰ ਜਾਣਾ ਪਿਆ, ਜ਼ਰੂਰ ਤੁਹਾਡੇ ਨਾਲ ਚੱਲਾਂਗੇ ਔਰ ਇਹ ਬਹੁਤ ਜਲਦ ਲੜਾਈ ਜਿੱਤੀ ਜਾਏਗੀ। ਫਿਕਰ ਨਹੀਂ ਕਰਨਾ, ਜਦੋਂ ਮਹਾਂਪੁਰਸ਼ ਕਹਿੰਦੇ ਆਵੇ ਤੇ ਕੋਈ ਕਮੀ ਨਹੀਂ ਰਹਿੰਦੀ, ਮਹਾਂਪੁਰਸ਼ਾਂ ਦਾ ਆਸ਼ੀਰਵਾਦ ਵੀ ਬਹੁਤ ਹੈ ਔਰ ਉਹ ਵੀ ਪੂਰੇ ਪੰਜਾਬ ਦੇ ਮਹਾਂਪੁਰਸ਼ ਪਹੁੰਚੇ ਹਨ। ਤਾਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦੀ ਹਾਂ ਕਿ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਔਰ ਮਹਾਂਪੁਰਸ਼ਾਂ ਦਾ ਜੋ ਸਮਾਜ ਸਨਮਾਨ ਕੀਤਾ ਹੈ, ਕਿਉਂਕਿ ਗੁਰਦਾਸ ਮਲ ਅਤੇ ਦਮੜੀ ਭੇਟਾ ਇਤਿਹਾਸਿਕ ਸ਼ੋਭਾ ਯਾਤਰਾ ਜੋ ਹਰਿਦੁਆਰ ਨੂੰ ਜਾ ਰਹੀ ਹੈ, ਰਸਤੇ ਵਿੱਚ ਅੱਜ ਜਿੱਥੇ ਉਹਨਾਂ ਦਾ ਸਟੇਅ ਸੀਗਾ ਡਾਇਮੰਡ ਟੈਂਪਲ ਦੇ ਵਿੱਚ, ਤਾਂ ਭਾਜੀ ਰੇਸ਼ਮ ਜੀ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਾਂਦਾ ਹੈ ਔਰ ਕਾਫੀ ਦਿਨਾਂ ਤੋਂ ਇੱਕ ਲਗਾਤਾਰ ਇੱਕ ਮਹੀਨੇ ਤੋਂ ਮਹਾਂਪੁਰਖਾਂ ਦੇ ਨਾਲ ਮੀਟਿੰਗਸ ਕਰ ਰਹੇ ਸੀ ਕਿ ਸਾਡੇ ਜੂਨ ਸ਼ਿੰਗਾ ਦੇ ਜਾਣ, ਤਾਂ ਮਹਾਂਪੁਰਖਾਂ ਨੇ ਬੜਾ ਕਿਰਪਾ ਕੀਤੀ ਹੈ। ਤਾਂ ਸਾਰੀ ਟੀਮ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਹਾਡੇ ਨਾਲ ਹਾਂ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ, ਕੋਈ ਪਰੇਸ਼ਾਨੀ ਨਹੀਂ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਵਾਲਮੀਕਿ, ਹਰ ਹਰ ਵਾਲਮੀਕਿ, ਵਾਹਿਗੁਰੂ ਜੀ ਕਾ ਖਾਲਸਾ। ਹੁਣ ਮੈਂ ਅਖੀਰ ਤੱਕ ਬੇਨਤੀ ਕਰਾਂਗਾ, ਕਿਉਂਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸੰਤ ਬਾਬਾ ਨਿਰਮਲ ਦਾਸ ਜੀ ਜੋ ਪ੍ਰਧਾਨ ਨੇ ਸ੍ਰੀ ਗੁਰੂ ਰਵਿਦਾਸ ਸੰਪਰਦਾ ਸੋਸਾਇਟੀ ਜੋ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲੜਾਈ ਲੜ ਰਹੀ ਆ, ਉਹਨਾਂ ਦੇ ਪ੍ਰਧਾਨ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਸਾਰੂ ਬਚਾ ਕੇ ਸਾਨੂੰ ਦੱਸਣ ਕਿ ਇਸ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਨ। ਸੰਤ ਨਿਰਮਲ ਦਾਸ ਜੀ ਬੋਲੇ ਸੋ ਨਿਰਭੈ, ਜਿਆਦਾ ਉਧਰ ਹੋ ਜਾ, ਇਧਰ ਦੇਖ ਲਈ ਸਾਹਮਣੇ। ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਕਿ ਬੇਗਮਪੁਰਾ ਸ਼ਹਿਰ ਕੋ ਨਾ। ਉਹੋ ਹੀ ਗੱਲ ਡਾਕਟਰ ਸਾਹਿਬ ਨੇ, ਡਾਕਟਰ ਅੰਬੇਦਕਰ ਜੀ ਨੇ ਇਸ ਹੀ ਸ਼ਬਦ ਨੂੰ ਵਿਸਾਲ ਦੇ ਨਾਲ ਸੰਸਾਰ ਭਰ ਦੇ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚਾਈ ਜੋ ਇਤਿਹਾਸ ਬਣ ਗਿਆ।
ਅਸੀਂ ਵਿਚਾਰ ਕਰਦੇ ਕਿ ਇਤਿਹਾਸ ਸਾਰੇ ਲਿਖ ਸਕਦੇ ਹਾਂ, ਜੀਵਨ ਸਾਰੇ ਲਿਖ ਸਕਦੇ ਹਾਂ, ਸਾਰਾ ਕੁਝ ਲਿਖ ਸਕਦੇ ਹਾਂ, ਕੋਈ ਸਮਰੱਥਾ ਹੈ ਜਿਹਦੇ ਲਿਖਣ ਵਾਲੇ ਆ, ਪਰ ਜੋ ਡਾਕਟਰ ਸਾਹਿਬ ਜੀ ਨੇ ਲਿਖਦੇ ਆ ਉਹ ਕੋਈ ਵੀ ਨਹੀਂ ਲਿਖ ਸਕਿਆ, ਚਾਹੇ ਗ੍ਰੰਥ ਬੜਬੜੇ ਲਿਖੇ ਆ। ਔਰ ਦੁਨੀਆਂ ਦੇ ਵਿੱਚ ਅਧਿਆਤਮਕ ਪਰਮਾਰਥ ਕਈ ਤਰ੍ਹਾਂ ਦੇ ਗ੍ਰੰਥ, ਕਈ ਤਰ੍ਹਾਂ ਦੀਆਂ ਉਹਨਾਂ ਨੇ ਸੋਚਾਂ ਦੇ ਵਿੱਚ ਭਰ ਦਿੱਤੀਆਂ, ਪਰ ਜੋ ਡਾਕਟਰ ਸਾਹਿਬ ਨੇ ਸਾਨੂੰ ਦਿੱਤਾ ਸੰਵਿਧਾਨ ਦਿੱਤਾ, ਔਰ ਜੋ ਉਹਨਾਂ ਨੇ ਸਾਨੂੰ ਸੰਸਾਰ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਉਹ ਕੋਈ ਅੱਜ ਤੱਕ ਨਹੀਂ ਕਰ ਸਕਿਆ, ਔਰ ਮੇਰਾ ਖਿਆਲ ਹੈ ਵੀ ਕੋਈ ਕਰ ਵੀ ਉਹਨਾਂ ਕੁਛ ਤੱਕ ਨਹੀਂ ਪਹੁੰਚ ਸਕਦਾ। ਤੋ ਇਸੇ ਗੱਲ ਨੂੰ ਲੈ ਕੇ ਕਾਫੀ ਦਿਨਾਂ ਤੋਂ ਸਾਡੇ ਜੋ ਇੱਥੇ ਗੁਰਮੁਖ ਪਿਆਰੇ ਔਰ ਜੋ ਦੇਸ਼ ਭਗਤੀ ਦੇ ਨਾਲ ਰੰਗੇ ਹੋਏ ਆ, ਜਿਹਨਾਂ ਨੂੰ ਦਰਦ ਆ ਦੇਸ਼ ਦਾ, ਜਿਹਨਾਂ ਦੇ ਹਿਰਦੇ ਵਿੱਚ ਪਿਆਰ ਆ ਸਾਰਿਆਂ ਲਈ, ਉਹ ਇੱਥੇ ਆਪਣਾ ਤਨ ਮਨ ਧਨ ਕਰਕੇ ਸਾਰੇ ਵਿੱਚ ਸਮਰਪਿਤ ਹੋ ਕੇ ਉਹਨਾਂ ਦਾ ਓਟ ਆਸਰਾ ਲੈ ਕੇ ਆਪਾਂ ਉਹਨਾਂ ਦੇ ਸੰਵਿਧਾਨ ਨੂੰ ਲੈ ਕੇ ਬੈਠੇ ਹਾਂ। ਤੋ ਮਹਾਰਾਜ ਕਹਿੰਦੇ ਕਿ ਰਾਮ ਨਾਮ ਰੱਟਦੇ ਰਹੋ ਜਬ ਲਗ ਘਟ ਮੇ ਪ੍ਰਾਨ, ਕਬੂ ਦੀਨ ਦਿਆਲ ਕੇ ਥਮਕ ਬਣੇਗੀ ਕਾਰ। ਇਹਨਾਂ ਨੂੰ ਉਹ ਤਾਂ ਪਰਮਾਤਮਾ ਸੁਣ ਲੈਂਦਾ, ਪਰ ਇਹ ਨਹੀਂ ਸੁਣਦੇ, ਇਹ ਨਹੀਂ ਸੁਣ ਸਕਦੇ ਕਿਉਂਕਿ ਇਹਨਾਂ ਕੋਲ ਮਾਲਕ ਦੀ ਕਿਰਪਾ, ਟਾਈਮ ਹੋਏਗਾ ਜਦੋਂ ਆਪਾਂ ਵਾਰ ਵਾਰ ਕਰੀ ਜਾਵਾਂਗੇ ਤਾਂ ਹੋ ਜਾਏਗਾ ਸਾਰਾ ਕੁਝ, ਕੋਈ ਉਹ ਮੰਜ਼ਿਲ ਦੂਰ ਨਹੀਂ ਹੈ ਜੋ ਸਾਨੂੰ, ਕਿਉਂਕਿ ਅਸੀਂ ਉਹ ਵਸਤੂ ਲੈ ਕੇ ਚੱਲੇ ਹਾਂ ਜਿਹਨਾਂ ਦੇ ਕਰਕੇ ਸਾਰਾ ਕੁਛ ਹੀ ਸਾਨੂੰ ਪ੍ਰਾਪਤ ਹੋ ਸਕਦਾ। ਸੋ ਸਾਰੀ ਹੀ ਸੰਗਤ ਦਾ, ਜਿਹੜੇ ਇਸ ਸੰਘਰਸ਼ ਕਰ ਰਹੀ ਕਮੇਟੀ ਔਰ ਜਿਤਨੇ ਵੀ ਵਿਦਵਾਨ ਸਾਡੇ ਵਿੱਚ ਪਹੁੰਚੇ ਆ, ਬੁੱਧੀਜੀਵੀ ਪਹੁੰਚੇ ਆ ਔਰ ਜਗਿਆਸੂ ਜਨ ਪਹੁੰਚੇ ਆ, ਡਾਕਟਰ ਸਹਿਬਾਨ ਪਹੁੰਚੇ ਆ, ਬੜੇ ਵਕੀਲ ਸਾਡੇ ਹਿੰਦਰ ਜੀ, ਇਹਨਾਂ ਵਰਗਿਆਂ ਦੀ ਸੋਚ ਲੈ ਕੇ ਅਸੀਂ ਚੱਲੇ ਹਾਂ, ਤਾਂ ਗੁਰੂ ਪਾਤਸ਼ਾਹ ਸਾਨੂੰ ਜ਼ਰੂਰ ਕਾਮਯਾਬੀ ਬਖਸ਼ਿਸ਼ ਕਰੇਗਾ, ਔਰ ਦਾਸਾਂ ਨੂੰ ਜੋ ਆਪ ਜੀ ਵੱਲੋਂ ਉਦੇਸ਼ ਹੋਏਗਾ, ਹੁਕਮ ਹੋਏਗਾ, ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ, ਅਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਤੁਹਾਡੇ ਲਈ ਅਰਦਾਸ ਵੀ ਕਰਦੇ ਹਾਂ, ਔਰ ਜਿਸ ਤਰ੍ਹਾਂ ਤਨ ਮਨ ਧਨ ਕਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਅਸੀਂ ਤੁਹਾਡੇ ਨਾਲ ਹਾਂ। ਤੋ ਸਾਰੀਆਂ ਸੰਗਤਾਂ ਅੱਜ ਤੁਹਾਡਾ ਹੀ ਪਿਆਰ ਇਹ ਤੁਹਾਨੂੰ ਦਿਸ ਰਿਹਾ, ਸਾਰਾ ਪਿਆਰ ਜਸਵੀਰ ਜੀ ਨੇ ਔਰ ਸਾਰਿਆਂ ਨੇ ਯਤਨ ਕੀਤਾ ਕਿ ਆਪਾਂ ਇੱਥੇ ਰੇਸ਼ਮ ਜੀ, ਇੰਦਰ ਜੀ ਔਰ ਸਾਰਿਆਂ ਨੇ ਰਲ ਮਿਲ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਇੱਥੇ ਮਹਾਰਾਜ ਦਾ ਸਰੂਪ ਆਉਣਾ ਚਾਹੀਦਾ ਔਰ ਸਾਰੀਆਂ ਸੰਗਤਾਂ ਆਉਣੀਆਂ ਚਾਹੀਦੀਆਂ, ਸਾਰੀਆਂ ਸੰਗਤਾਂ ਤੁਹਾਡੇ ਨਾਲ ਆ, ਜਿੰਨੀ ਵੀ ਸੰਗਤ ਆਈ ਆ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਾਂਗੇ ਤੁਸੀਂ ਅਰਦਾਸ ਕਰੋ ਕਿ ਜਲਦੀ ਤੋਂ ਜਲਦੀ ਮੋਰਚਾ ਤੁਹਾਡਾ ਫਤਿਹ ਹੋਵੇ ਤਾਂ ਕਿ ਆਪਾਂ ਇੱਥੋਂ ਫਰੀ ਹੋ ਕੇ ਹੋਰ ਵੀ ਕਈ ਸੰਸਾਰ ਦੇ ਆਪਣੇ ਕਾਰਜ ਕਰਨ ਵਾਲੇ ਆ, ਅਤੇ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਾਂਗੇ, ਐਸੀ ਲਾਲ ਕੁਝ ਵੀ ਕੌਣ ਕਰੇ, ਗਰੀਬ ਨਵਾਜ ਗੁਸੈਆ ਮੇਰਾ ਮਾਤੇ ਸ਼ਗਤ ਰਹੇ, ਜਾ ਕੀ ਸ਼ੋ ਜਗਤ ਕੋ ਲਾ ਕੇ ਤਾਂ ਪਰ ਤੂੰ ਹੀ ਰਹੇ, ਨੀਚੇ ਊਚ ਕਰੇ ਮੇਰਾ ਗੋਬਿੰਦ ਬਾਹੂ ਤੇ ਨਾ ਡਰੇ, ਨਾਮਦੇਵ ਕਬੀਰ ਲੋਚਨ ਸਦਨਾ ਸੈਨ ਤੇ, ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਉ ਤੇ ਸਭੇ ਸਰੇ, ਹਰ ਜੀਉ ਤੇ ਸਭੇ ਸਰੇ। ਤੋ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਆਪਣੀ ਸੋਚ ਨੂੰ ਵੱਡੀ ਕਰੋ, ਮਾਲਕ ਆਪਣੇ ਆਪ ਹੀ ਕਿਰਪਾ ਕਰ ਦੇਵੇਗਾ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਤੁਸੀਂ ਸੰਗਤਾਂ ਵਾਸਤੇ ਲੰਗਰ ਵੀ ਤਿਆਰ ਕੀਤਾ, ਚਾਹ ਪਾਣੀ ਜਲੇਬੀਆਂ ਪਤਾ ਨਹੀਂ ਕਿੰਨੇ ਪਦਾਰਥ ਤਿਆਰ ਕੀਤੇ ਆ, ਸਾਨੂੰ ਤਾਂ ਸਾਡਾ ਬਣਦਾ ਸੀ ਤੁਸੀਂ ਬੈਠੇ ਸੀ ਅਤੇ ਤੁਹਾਡੇ ਲਈ ਕੁਛ ਕਰਦੇ ਸੀ ਬੈਠ ਕੇ, ਅਤੇ ਪਰ ਤੁਸੀਂ ਬਹੁਤ ਸਾਨੂੰ ਸਤਿਕਾਰ ਦਿੱਤਾ, ਇਹ ਸਤਿਕਾਰ ਸਾਡਾ ਨਹੀਂ ਇਹ ਗੁਰੂ ਰਵਿਦਾਸ ਮਹਾਰਾਜ ਜੀ ਦਾ, ਡਾਕਟਰ ਅੰਬੇਦਕਰ ਜੀ ਦਾ, ਉਹਨਾਂ ਦਾ ਇਹ ਸਤਿਕਾਰ ਹੈ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਅਸੀਂ ਇਹੀ ਬੇਨਤੀ ਕਰਾਂਗੇ ਗੁਰੂ ਪਾਤਸ਼ਾਹ ਕਿਰਪਾ ਕਰ ਮਹਾਰਾਜ ਜੀ ਨੇ ਕਿ ਬਹੁਤ ਵੱਡਾ ਇਤਿਹਾਸ ਰਚਿਆ ਗਿਆ ਕਿ ਬਹੁਤ ਸੰਗਤ ਆਈ ਹੋਏਗੀ, ਪ੍ਰੀਤਿਕ ਰਾਜਨੀਤਿਕ ਸਮਾਜਿਕ ਆਪਣੇ ਕੋਲ ਆਏ ਹੋਣਗੇ, ਲੇਕਿਨ ਅੱਜ ਜੋ ਗੁਰੂ ਰਵਿਦਾਸ
ਬੇਟਾ ਦਮੜੀ ਬੇਟਾ ਇਤਿਹਾਸਿਕ ਸ਼ੋਭਾ ਯਾਤਰਾ ਹੈ ਉਹ ਪੂਰੀ ਦੀ ਪੂਰੀ ਯਾਤਰਾ ਇੱਥੇ ਆਈ ਹੈ ਮੈਂ ਸਮਝਾਈ ਹੈ ਪੂਰਾ ਇਤਿਹਾਸ ਰਚਿਆ ਗਿਆ ਇਹ ਸੁਨਹਿਰੀ ਅਕਸ਼ਰ ਨਾਮ ਲਿਖਿਆ ਜਾਏਗਾ ਗੁਰਦਾਸ ਸਾਧੂ ਸਰਪੰਚ ਸੋਸਾਇਟੀ ਬਹੁਤ ਵੱਡੀ ਯਾਤਰਾ ਲੈ ਇੱਥੇ ਪਹੁੰਚੇ ਰਸ਼ੀਦ ਇਹ 50 ਦੇ ਕਰੀਬ ਬੱਸਾਂ 50 ਦੇ ਕਰੀਬ ਬੱਸਾਂ ਹਨ 100 ਦੇ ਕਰੀਬ ਰੁਕੀ ਹੈ ਇਹ ਇਤਿਹਾਸ ਰਚਿਆ ਗਿਆ ਦਮੜੀ ਸ਼ੋਭਾ ਯਾਤਰਾ ਇਸ ਸਥਾਨ ਤੇ ਪਹੁੰਚੀ ਹੈ ਅੱਜ ਤੋਂ ਫਤਿਹ ਹੈ ਸਟੇਜ ਟੁੱਟੀ ਹੈ ਸਟੇਜ ਟੁੱਟਣ ਦਾ ਮਤਲਬ ਇਹ ਹੈ ਕਿ ਅੱਜ ਤੋਂ ਬਾਅਦ ਸਟੇਜ ਨਹੀਂ ਲੱਗਣੀ ਸਾਧੂ ਸੰਪਤ ਨਿਰਮਲ ਦਾਸ ਜੀ ਸੰਤ ਨਿਰਮਲ ਦਾਸ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਬੀਬੀ ਸੰਤੋਸ਼ ਕੁਮਾਰੀ ਜੀ ਤੇ ਹੋਰ ਸਾਰੀ ਸੰਪਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਰਦਿਕ ਸਵਾਗਤ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਇਸ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਵਿੱਚ ਐਸਸੀਬੀਸੀ ਮਹਾਂਪੰਚਾਇਤ ਦਾ ਜਿਹੜਾ ਮਾਣ ਵਧਾਇਆ ਤੇ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਆਸ਼ੀਰਵਾਦ ਉਹਨਾਂ ਦਾ ਸਹਿਯੋਗ ਸਾਨੂੰ ਬਣਿਆ ਰਹੇਗਾ ਸਾਡੇ ਸਿਰ ਦੇ ਉੱਤੇ ਉਹਨਾਂ ਦਾ ਅਸ਼ੀਰ ਭਰਿਆ ਹੱਥ ਰਹੇਗਾ ਤਾਂ ਕਿ ਅਸੀਂ ਇਹਨਾਂ ਲੜਾਈਆਂ ਨੂੰ ਜਿੱਤਦੇ ਹੋਏ ਆਪਣੇ ਸਮਾਜ ਨੂੰ ਬਿਹਤਰ ਜ਼ਿੰਦਗੀ ਦੇ ਲਈ ਬਾਂਸੁਰਵਾਦੀ ਜ਼ਿੰਦਗੀ ਦੇ ਲਈ ਲੜਾਈ ਨੂੰ ਅੱਗੇ ਵਧਾਈਏ ਇਹਨਾਂ ਸ਼ਬਦਾਂ ਦੇ ਨਾਲ ਹੁਣ ਮੈਂ ਬੇਨਤੀ ਕਰ